ਵੇਕਾ ਸਾਹਿਬ ਅੱਜ ਮੀਟਿੰਗ ਹੋਣ ਜਾ ਰਹੀ ਹੈ ਕੀ ਏਜੰਡਾ ਮੁੱਖ ਰਹਿਣ ਵਾਲਾ ਬਈ ਪੰਜਾਬ ਦੇ ਭਲੇ ਲਈ ਮੀਟਿੰਗ ਹੈ ਲੋਕਾਂ ਦੀਆਂ ਸਹੂਲਤਾਂ ਲਈ ਮੀਟਿੰਗ ਹੈ ਔਰ ਇਹ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਭਲੇ ਲਈ ਹਰ ਕੈਬਨਿਟ ਦੇ ਵਿੱਚ ਫੈਸਲੇ ਕਰ ਰਹੀ ਹੈ ਔਰ ਕਰਦੀ ਰਹੇਗੀ ਸਰ ਇੱਕ ਵਪਾਰੀਆਂ ਨੂੰ ਲੈ ਕੇ ਵੀ ਤੁਸੀਂ 4.5 ਸਾਲ ਪਹਿਲਾਂ ਐਲਾਨ ਕੀਤਾ ਸੀ ਕਿ 5 ਰੁਪਏ ਯੂਨਿਟ ਹੋ ਰਹੀ ਹੈ ਅੱਜ ਸਾਰੇ ਤਰ੍ਹਾਂ ਦੀ ਜਿਹੜੀ ਵਪਾਰੀਆਂ ਨੂੰ ਲੈ ਕੇ ਇੰਡਸਟਰੀ ਨੂੰ ਲੈ ਕੇ ਵਪਾਰ ਨੂੰ ਲੈ ਕੇ ਸਾਰੀਆਂ ਮੀਟਿੰਗਾਂ ਅੱਜ ਦੇ ਦਿਨ 5 ਰੁਪਏ ਯੂਨਿਟ ਹੋ ਜਾਏਗੀ ਅੱਜ ਬਈ ਮੋਰ ਲੱਗੇਗੀ ਉਸ ਤੋਂ ਵੀ ਸਸਤੀ ਹੋ ਜਾਏਗੀ ਤਾਂ ਇਹ ਵੇਰਕਾ ਨੇ ਜੋ ਦਾਵਾ ਕਰਕੇ ਗਏ ਨੇ ਕਿ 5 ਰੁਪਏ ਤੋਂ ਯੂਨਿਟ ਤੋਂ ਵੀ ਸਸਤੀ ਜਿਹੜੀ ਵਪਾਰੀਆਂ ਨੂੰ ਬਿਜਲੀ ਦਿੱਤੀ ਜਾ ਸਕਦੀ ਹੈ ਵੱਡੀ ਖਬਰ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਤਤਕਾਲੀਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸਰਕਾਰ ਬਣੀ ਸੀ ਤਾਂ ਦਾਅਵਾ ਕੀਤਾ ਗਿਆ ਸੀ ਕਿ ਇੰਡਸਟਰੀ ਨੂੰ ਜਿਹੜੀ ਹੈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ ਹਾਲਾਂਕਿ ਮੌਜੂਦਾ ਸਮੇਂ 9 ਰੁਪਏ ਤੋਂ 12 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ 4.5 ਸਾਲ ਬੀਤ ਚੁੱਕੇ ਨੇ ਕਾਂਗਰਸ ਸਰਕਾਰ ਦੇ ਪਰ ਹਾਲੇ ਤੱਕ ਵਪਾਰੀਆਂ ਨੂੰ 5 ਰੁਪਏ ਯੂਨਿਟ ਨਹੀਂ ਮਿਲ ਪਾਈ ਤਾਂ ਹੁਣ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਹੈ ਮੁੱਖ ਏਜੰਡਾ ਹੀ ਰਹਿਣ ਵਾਲਾ ਜਿਵੇਂ ਰਾਜਕੁਮਾਰ ਵੇਰਕਾ ਨੇ ਵੀ ਇਹ ਵੀ ਦਾਅਵਾ ਕਰ ਦਿੱਤਾ ਹੈ ਕਿ 5 ਰੁਪਏ ਯੂਨਿਟ ਬਿਜਲੀ ਦੇ ਉੱਪਰ ਮੋਹਰ ਲੱਗ ਸਕਦੀ ਹੈ ਤਾਂ ਇਹ ਵੱਡੀ ਖਬਰ ਹੋਵੇਗੀ ਇੰਡਸਟਰੀ ਦੇ ਨਾਲ ਜੁੜੇ ਹੋਏ ਉਹਨਾਂ ਲੋਕਾਂ ਦੇ ਨਾਲ ਜੋ ਲੁਧਿਆਣਾ ਹੱਬ ਹੈ ਇਸ ਕਰਕੇ ਅੱਜ ਇੱਥੇ ਮੀਟਿੰਗ ਬੁਲਾਈ ਗਈ ਹੈ ਔਰ ਕਿਤੇ ਨਾ ਕਿਤੇ ਅਮਲੀਜਾਮਾ ਅੱਜ ਪਹਿਨਾਇਆ ਜਾ ਸਕਦਾ ਹੈ ਕੈਮਰਾ ਪਰਸਨ ਰਿੰਕੂ ਦੇ ਨਾਲ ਰਾਹੁਲ ਕਾਲਾ ਜਗਮਣੀ ਟੀਵੀ ਲੁਧਿਆਣਾ ਵੇਰਕਾ ਸਾਹਿਬ ਅੱਜ ਮੀਟਿੰਗ ਹੋਣ ਜਾ ਰਹੀ ਹੈ ਕੀ ਏਜੰਡਾ ਮੁੱਖ ਰਹਿਣ ਵਾਲਾ ਬਈ ਪੰਜਾਬ ਦੇ ਭਲੇ ਲਈ ਮੀਟਿੰਗ ਹੈ ਲੋਕਾਂ ਦੀਆਂ ਸਹੂਲਤਾਂ ਲਈ ਮੀਟਿੰਗ ਹੈ ਔਰ ਇਹ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਭਲੇ ਲਈ ਹਰ ਕੈਬਨਿਟ ਦੇ ਵਿੱਚ ਫੈਸਲੇ ਕਰ ਰਹੀ ਹੈ ਔਰ ਕਰਦੀ ਰਹੇਗੀ ਸਰ ਇੱਕ ਵਪਾਰੀਆਂ ਨੂੰ ਲੈ ਕੇ ਵੀ ਤੁਸੀਂ 4.5 ਸਾਲ ਪਹਿਲਾਂ ਐਲਾਨ ਕੀਤਾ ਸੀ ਕਿ 5 ਰੁਪਏ ਯੂਨਿਟ ਹੋ ਰਹੀ ਹੈ ਅੱਜ ਸਾਰੇ ਤਰ੍ਹਾਂ ਦੀ ਜਿਹੜੀ ਵਪਾਰੀਆਂ ਨੂੰ ਲੈ ਕੇ ਇੰਡਸਟਰੀ ਨੂੰ ਲੈ ਕੇ ਵਪਾਰ ਨੂੰ ਲੈ ਕੇ ਸਾਰੀਆਂ ਮੀਟਿੰਗਾਂ ਅੱਜ ਦੇ ਦਿਨ 5 ਰੁਪਏ ਯੂਨਿਟ ਹੋ ਜਾਏਗੀ ਅੱਜ ਬਈ ਮੋਰ ਲੱਗੇਗੀ ਉਸ ਤੋਂ ਵੀ ਸਸਤੀ ਹੋ ਜਾਏਗੀ ਤਾਂ ਇਹ ਵੇਰਕਾ ਨੇ ਜੋ ਦਾਅਵਾ ਕਰਕੇ ਗਏ ਨੇ ਕਿ 5 ਰੁਪਏ ਤੋਂ ਯੂਨਿਟ ਤੋਂ ਵੀ ਸਸਤੀ ਜਿਹੜੀ ਹੈ ਵਪਾਰੀਆਂ ਨੂੰ ਬਿਜਲੀ ਦਿੱਤੀ ਜਾ ਸਕਦੀ ਹੈ ਵੱਡੀ ਖਬਰ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਤਤਕਾਲੀਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸਰਕਾਰ ਬਣੀ ਸੀ ਤਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਇੰਡਸਟਰੀ ਨੂੰ ਜਿਹੜੀ ਹੈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ ਹਾਲਾਂਕਿ ਮੌਜੂਦਾ ਸਮੇਂ 9 ਰੁਪਏ ਤੋਂ 12 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ 4.5 ਸਾਲ ਬੀਤ ਚੁੱਕੇ ਨੇ ਕਾਂਗਰਸ ਸਰਕਾਰ ਦੇ ਪਰ ਹਾਲੇ ਤੱਕ ਵਪਾਰੀਆਂ ਨੂੰ 5 ਰੁਪਏ ਯੂਨਿਟ ਨਹੀਂ ਮਿਲ ਪਾਈ ਤਾਂ ਹੁਣ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਹੈ ਮੁੱਖ ਏਜੰਡਾ ਹੀ ਰਹਿਣ ਵਾਲਾ ਜਿਵੇਂ ਰਾਜਕੁਮਾਰ ਵੇਰਕਾ ਨੇ ਵੀ ਇਹ ਵੀ ਦਾਅਵਾ ਕਰ ਦਿੱਤਾ ਹੈ ਕਿ 5 ਰੁਪਏ ਯੂਨਿਟ ਬਿਜਲੀ ਦੇ ਉੱਪਰ ਮੋਹਰ ਲੱਗ ਸਕਦੀ ਹੈ ਤਾਂ ਇਹ ਵੱਡੀ ਖਬਰ ਹੋਵੇਗੀ ਇੰਡਸਟਰੀ ਦੇ ਨਾਲ ਜੁੜੇ ਹੋਏ ਉਹਨਾਂ ਲੋਕਾਂ ਦੇ ਨਾਲ ਜੋ ਲੁਧਿਆਣਾ ਹੱਬ ਹੈ ਇਸ ਕਰਕੇ ਅੱਜ ਇੱਥੇ ਮੀਟਿੰਗ ਬੁਲਾਈ ਗਈ ਹੈ ਔਰ ਕਿਤੇ ਨਾ ਕਿਤੇ ਅਮਲੀਜਾਮਾ ਅੱਜ ਪਹਿਨਾਇਆ ਜਾ ਸਕਦਾ ਹੈ ਕੈਮਰਾ ਪਰਸਨ ਰਿੰਕੂ ਦੇ ਨਾਲ ਰਾਹੁਲ ਕਾਲਾ ਜਗਮਣੀ ਟੀਵੀ ਲੁਧਿਆਣਾ ਪੰਜਾਬ ਸਰਕਾਰ ਵੱਲੋਂ ਮੇਰਾ ਘਰ ਮੇਰਾ ਨਾਮ ਸਕੀਮ ਤਹਿਤ ਲਾਲ ਲਕੀਰ ਅਧੀਨ ਆਉਂਦੇ ਘਰਾਂ 'ਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸੋ ਅਸੀਂ ਇਹ ਫੈਸਲਾ ਅੱਜ ਕੀਤਾ ਹੈ ਕਿ ਪਿੰਡਾਂ ਤੇ ਸ਼ਹਿਰਾਂ ਦੇ ਲਾਲ ਲੈਣ ਦੇ ਅੰਦਰ ਲਾਲ ਡੋਰੇ ਦੇ ਅੰਦਰ ਜਿੰਨੇ ਘਰ ਹੈ ਪੁਰਾਣੀ ਆਬਾਦੀ ਹੈ ਜਿਹੜੀ ਪਿੰਡ ਦੀ ਉਹ ਜਿਹੜਾ ਜਿੱਥੇ ਬੈਠਾ ਹੈ ਉਹਦੇ ਨਾਮ ਕਰਾਂਗੇ। ਪਿੰਡਾਂ ਤੱਕ ਹੀ ਸੀਮਤ ਸੀ, ਇਹਨੂੰ ਅਸੀਂ ਸ਼ਹਿਰਾਂ ਵਿੱਚ ਵੀ ਕਰ ਦਿੱਤਾ ਹੈ। ਚਾਹੇ ਕੋਈ ਕਿਸਾਨ ਹੈ ਚਾਹੇ ਕੋਈ ਹੈ ਉਹਨਾਂ ਦੇ ਨਾਮ ਉਹਨਾਂ ਦੇ ਘਰ ਨਹੀਂ ਹੈ ਕਿਉਂਕਿ ਉਹ ਲਾਲ ਡੋਰੇ ਦੇ ਅੰਦਰ ਹੈ, ਅਸੀਂ ਉਸ ਨੂੰ ਉਹਨਾਂ ਦੇ ਨਾਮ ਕਰ ਰਹੇ। ਲੋਕਾਂ ਦੀ ਭਲਾਈ ਲਈ ਵਚਨਬੱਧ ਪੰਜਾਬ ਸਰਕਾਰ।